ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰੇ ਸਿੱਖ ਭਾਈ ਜੱਸਾ ਸਿੰਘ ਜੀ ਅਲੂਵਾਲ 1763 ਦੀ ਵਿਸਾਖੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੰਥ ਨੇ ਮਨਾਈ। ਵਿਸਾਖੀ ਦਾ ਮੇਲਾ ਖਤਮ ਹੋਇਆ, ਸੰਗਤਾਂ ਆਪੋ ਆਪਣੇ ਪਿੰਡਾਂ ਨੂੰ ਚਾਲੇ ਪਾ ਗਈਆਂ। ਖਾਲਸਿਆਂ ਦਾ ਇੱਕ ਜਥਾ ਮਿਸਲਾਂ ਵਿੱਚੋਂ ਸਰਦਾਰ ਹਰੀ ਸਿੰਘ ਭੰਗੀ ਦੀ ਮਿਸਲ ਅਜੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਦਲ ਬੈਠਿਆ ਹੋਇਆ ਸੀ, ਭਾਵ ਮੌਜੂਦ ਸੀ। ਤੇ ਵਿਸਾਖੀ ਤੋਂ ਤੀਜੇ ਚੌਥੇ ਦਿਨ ਇੱਕ ਗਰੀਬ ਬ੍ਰਾਹਮਣ ਦੀ ਲੜਕੀ ਦਾ ਡੋਲਾ ਰਸਤੇ ਵਿੱਚ ਹੀ ਉਸਮਾਨ ਖਾਨ ਨੇ ਖੋਲਿਆ। ਉਸਮਾਨ ਖਾਨ ਕਸੂਰ ਦਾ ਹਾਕਮ ਹੈ, 12 ਕਿਲਿਆਂ ਦਾ ਮਾਲਕ ਹੈ, ਉਹਦੀ ਪੱਟੀ ਤੱਕ ਰਿਆਸਤ ਦਾ ਰਾਜ ਚੱਲਦਾ ਹੈ। ਜਦੋਂ ਡੋਲਾ ਖੋਲਿਆ, ਬਰਾਤ ਭੱਜ ਗਈ, ਲਾੜਾ ਤੇ ਉਹ ਲੜਕੀ ਦਾ ਸਹੁਰਾ ਉਹ ਵਾਪਸ ਆ ਕੇ ਆਪਣੇ ਕੁੜਮਾਂ ਨੂੰ ਦੱਸਦੇ ਨੇ, ਚੌਧਰੀ ਸਾਹਿਬ ਬਹੁਤ ਮਾੜਾ ਹੋਇਆ, ਰਸਤੇ ਦੇ ਤੁਹਾਡੀ ਲੜਕੀ ਖੋ ਕੇ ਲੈ ਗਿਆ ਉਸਮਾਨ। ਇੰਨੀ ਗੱਲ ਦੱਸ ਕੇ ਉਹ ਲਾੜਾ ਤੇ ਉਹਦਾ ਬਾਪ ਚਲੇ ਗਏ। ਵਿਆਹ ਵਾਲੇ ਘਰ ਵਿੱਚ ਸੋਗ ਪੈ ਗਿਆ। ਜਿਹਦੀ ਜ਼ਬਾਨ ਲੜਕੀ ਕੋਈ ਖੋ ਕੇ ਲੈ ਜਾਏ, ਉਹ ਬੰਦੇ ਤੇ ਜੋ ਬੀਤਦੀ ਹੈ ਉਹਨੂੰ ਪਤਾ। ਆਲੇ ਦੁਆਲੇ ਆਂਢ ਗੁਆਂਢ ਪਿੰਡ ਇਕੱਠਾ ਹੁੰਦਾ, ਲੋਕਾਂ ਨੇ ਹੌਸਲਾ ਦਿੱਤਾ, ਕੋਈ ਗੱਲ ਨਹੀਂ ਹੌਸਲਾ ਰੱਖ, ਪਰ ਗੱਲ ਇਹ ਹੈ ਜੇ ਉਸਮਾਨ ਖਾਨ ਡੋਲਾ ਲੈ ਗਿਆ, ਹੁਣ ਤੂੰ ਭੁੱਲ ਜਾ ਕੇ ਤੇਰੀ ਲੜਕੀ ਨੂੰ ਕੋਈ ਛੁਡਾਏ। ਉਹ ਬੜਾ ਤਾਕਤਵਰ ਜ਼ਾਲਮ ਬੰਦਾ, ਉਹਦੇ ਕੋਲੋਂ ਡੋਲੇ ਛਡਾਉਣੇ ਔਖੇ ਨੇ। ਅੱਜ ਤੱਕ ਉਹਨੇ ਸੈਂਕੜੇ ਡੋਲੇ ਖੋਏ ਨੇ, ਉਹਦੇ ਵੱਲ ਕੋਈ ਬੰਦਾ ਮੂੰਹ ਨਹੀਂ ਕਰ ਸਕਿਆ। ਬਸ ਤੂੰ ਭੁੱਲ ਜਾ ਕੇ ਤੇਰੀ ਲੜਕੀ ਸੀ। ਲੋਕ ਤੇ ਕਹਿ ਦੇਣਗੇ ਪਿਓ ਕਿਵੇਂ ਭੁੱਲ ਜਾ, ਲੋਕ ਤੇ ਕਹਿ ਕੇ ਚਲੇ ਜਾਣਗੇ ਆਪਣੀ ਧੀ ਨੂੰ ਭੁੱਲ ਜਾ। ਜਿਹਨੇ ਬੱਚੀ ਲਾਡਾਂ ਚਾਵਾਂ ਨਾਲ ਪਾਲੀ ਹੋਵੇ ਉਹਨੂੰ ਬੱਚੇ ਭੁੱਲਦੇ ਨਹੀਂ। ਉਹ ਬੰਦਾ ਅੰਦਰ ਹੀ ਅੰਦਰ ਘੁੱਟ ਕੇ ਰੋਂਦਾ ਰਿਹਾ। ਥੋੜਾ ਜਿਹਾ ਦਿਨ ਦਾ ਚੜਾ ਹੋਇਆ, ਉਸੇ ਪਿੰਡ ਵਿੱਚ ਇੱਕੋ ਹੀ ਸਿੱਖਾਂ ਦਾ ਘਰ ਸੀ, ਉਹ ਗੁਰੂ ਦਾ ਖਾਲਸਾ ਉਹਦੇ ਘਰ ਗਿਆ। ਜਾ ਕੇ ਸਿੱਖ ਨੇ ਕਿਹਾ, ਪੰਡਿਤ ਜੀ ਬੜਾ ਮਾੜਾ ਹੋਇਆ, ਤੁਹਾਡੀ ਬੱਚੀ ਦਾ ਡੋਲਾ ਰਾਤ ਉਸਮਾਨ ਖਾਨ ਨੇ ਪਤਾ ਲੱਗਾ ਖੋਲਿਆ। ਪਰ ਇੱਕ ਗੱਲ ਹੈ, ਲੋਕੀ ਭਾਵੇਂ ਕਹਿਣ ਉਹਦੇ ਕੋਲੋਂ ਕੋਈ ਡੋਲਾ ਨਹੀਂ ਛਡਾ ਸਕਦਾ, ਪਰ ਜੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਤੇਰੇ ਨਾਲ ਵਾਅਦਾ ਕਰ ਲਿਆ, ਉਹ ਡੋਲਾ ਛਡਾ ਕੇ ਵੀ ਦੇ ਸਕਦਾ। ਉਹ ਕਹਿੰਦਾ ਕਿੱਥੇ ਮਿਲਣਗੇ ਖਾਲਸੇ, ਕਹਿੰਦਾ ਚੱਲ ਮੇਰੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ। ਦੁਪਹਿਰ ਹੋਣ ਤੋਂ ਪਹਿਲਾਂ ਪਹਿਲਾਂ ਉਹ ਬ੍ਰਾਹਮਣ ਨੂੰ ਲੈ ਕੇ ਅਕਾਲ ਤਖਤ ਸਾਹਿਬ ਪਹੁੰਚਿਆ। ਇੱਧਰ ਗੁਰੂ ਦੇ ਸਿੱਖ ਸਵੇਰ ਦੇ ਦੀਵਾਨ ਸਮਾਪਤ ਹੋਏ, ਕੁਝ ਸਿੱਖ ਹਰਿਮੰਦਰ ਸਾਹਿਬ ਤੋਂ ਬਾਹਰ ਆ ਰਹੇ ਸੀ ਨਿਸ਼ਾਨ ਸਾਹਿਬ ਦੇ ਕੋਲ, ਉੱਥੇ ਬਹਿ ਕੇ ਉਹ ਬ੍ਰਾਹਮਣ ਰੋ ਰਿਹਾ, ਗੁਰੂ ਦਾ ਸਿੱਖ ਕੋਲ ਖੜੇ। ਅੰਦਰੋਂ ਖਾਲਸੇ ਆਏ, ਸਿੱਖ ਨੇ ਫਤਿਹ ਬੁਲਾਈ ਤੇ ਗੁਰੂ ਦੇ ਖਾਲਸੇ ਪੁੱਛਦੇ, ਇਹ ਬ੍ਰਾਹਮਣ ਨੂੰ ਕੀ ਹੋਇਆ, ਕਿਉਂ ਰੋਂਦੇ ਨੇ ਚੌਧਰੀ ਸਾਹਿਬ? ਉਹ ਸਿੱਖ ਨੇ ਕਿਹਾ ਜੀ, ਇਹਦੀ ਜ਼ਬਾਨ ਬੱਚੀ ਦਾ ਡੋਲਾ ਰਾਤੀ ਉਸਮਾਨ ਖਾਨ ਖੋ ਕੇ ਲੈ ਗਿਆ, ਇਹ ਖਾਲਸੇ ਦੇ ਦਰਬਾਰ ਵਿੱਚ ਆਇਆ, ਹੁਣ ਇਹਦੀ ਮਦਦ ਕਰੋ। ਤੇ ਪੰਥ ਖਾਲਸੇ ਨੇ ਕਿਹਾ, ਕੋਈ ਗੱਲ ਨਹੀਂ, ਪੰਥ ਇਕੱਠਾ ਹੋਣ ਦਿਓ। ਜਿੰਨੇ ਸਿੱਖ ਅੰਦਰੋਂ ਦੀਵਾਨ ਤੋਂ ਆਏ, ਅਕਾਲ ਤਖਤ ਸਾਹਿਬ ਦੇ ਬਾਹਰ ਹੀ ਬੈਠ ਗਏ, ਗੁਰਮਤਾ ਕਰਨ ਲੱਗੇ। ਇਲਾਕੇ ਦੇ ਸਿੱਖਾਂ ਨੂੰ ਪੁੱਛਿਆ, ਕੌਣ ਹੈ ਉਸਮਾਨ ਖਾਨ? ਉਹਨਾਂ ਜਿਹੜੇ ਜਾਣਦੇ ਸੀ ਦੱਸਿਆ, ਉਹ ਕਹਿੰਦੇ ਜੀ ਬੜਾ ਜ਼ਾਲਮ ਬੰਦਾ ਹੈ, ਉਹਨੇ ਬੜੇ ਡੋਲੇ ਖੋਏ ਨੇ, ਬੜੀਆਂ ਜ਼ਮੀਨਾਂ ਮੱਲੀਆਂ ਨੇ, 12 ਕਿਲਿਆਂ ਦਾ ਮਾਲਕ ਹੈ, ਉਹਦੇ ਕੋਲ ਬੜੀ ਵੱਡੀ ਫੌਜ ਹੈ। ਤੇ ਫਿਰ ਸਿੱਖਾਂ ਫੈਸਲਾ ਕਰਨ ਲੱਗੇ, ਆਪਸ ਵਿੱਚ ਮਤਾ ਕੀਤਾ, ਉਹਦੇ ਕੋਲੋਂ ਡੋਲਾ ਕਿਵੇਂ ਛਡਾਇਆ। ਕਈਆਂ ਸਿੱਖਾਂ ਕਿਹਾ ਜੀ, ਛਡਾਉਣ ਵਾਸਤੇ ਘੱਟੋ ਘੱਟ 7 ਦਿਨ ਆਪਾਂ ਨੂੰ ਤਿਆਰੀ ਵਾਸਤੇ ਚਾਹੀਦੇ ਆ, 5-7 ਦਿਨ ਤਿਆਰੀ ਕਰੋ, ਫਿਰ ਉੱਤੇ ਹੱਲਾ ਬੋਲਾਂਗੇ, ਫਿਰ ਡੋਲਾ ਛਡਾ ਲਾਂਗੇ। ਇੱਕ ਨੌਜਵਾਨ ਸਿੱਖ ਹੈ ਸਰਦਾਰ ਜੱਸਾ ਸਿੰਘ ਅਲੂਵਾਲੀਆ, ਉਹਨੇ ਉੱਠ ਕੇ ਕਿਹਾ, ਉਹ ਸਰਦਾਰੋ 7 ਦਿਨਾਂ ਬਾਅਦ ਡੋਲਾ ਛਡਾਉਂਗੇ, ਫਿਰ ਡੋਲਾ ਛਡਾਉਣ ਦਾ ਕੀ? ਬ੍ਰਾਹਮਣ ਦੀ ਬੱਚੀ ਦੀ ਪੱਤ ਲੁੱਟੀ ਜਾਏ, ਡੋਲਾ ਛਡਾਉਣਾ ਤੇ ਹੁਣੇ ਹੱਲਾ ਕਰਨਾ ਚਾਹੀਦਾ। ਉਹਨਾਂ ਕਿਹਾ, ਫੌਜ ਦੇ ਵੇਖੋ, ਆਪਣੇ ਕੋਲ ਚੰਦ ਗਿਣਤੀ ਦੇ 150-200 ਖਾਲਸੇ, ਉਹਦੇ ਕੋਲ 7000 ਫੌਜ ਹੈ, ਉਹਦੇ ਕੋਲ 12 ਕਿਲਿਆਂ ਦਾ ਮਾਲਕ ਹੈ, ਉਹ ਤੋਂ ਕਿਵੇਂ ਇੰਨੀ ਜਲਦੀ ਡੋਲਾ ਛਡਾ? ਸਰਦਾਰ ਜੱਸਾ ਸਿੰਘ ਅਲੂਵਾਲੀਆ ਬੋਲੇ, ਕਹਿੰਦੇ ਜਿਨ੍ਹਾਂ ਦਾ ਗੁਰੂ ਸਮਰੱਥ ਹੋਵੇ ਉਸ ਕੌਮ ਨੂੰ ਸ਼ੰਕੇ ਵਿੱਚ ਨਹੀਂ ਪੈਣਾ ਚਾਹੀਦਾ। ਆਓ 5 ਸਿੱਖ ਉੱਠੋ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੋ, ਜੋ ਗੁਰੂ ਗ੍ਰੰਥ ਸਾਹਿਬ ਕਹਿਣਗੇ ਆਪਾਂ ਉਹ ਕਰਾਂਗੇ। ਸਰਦਾਰ ਹਰੀ ਸਿੰਘ ਭੰਗੀ ਨੇ 5 ਸਿੱਖ ਚੁਣੇ, ਹਰਿਮੰਦਰ ਸਾਹਿਬ ਦੇ ਅੰਦਰ ਗਏ, ਜਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ,
सिख संगत को बात सच दे। हे गुरु ग्रंथ साहिब महाराज तुहाडे चरणों में खालसे आए ने। एक गरीब ब्राह्मण फरियाद लेके आया, ओदी बच्ची का डोला खोया गया, वह पत्त बचाउणी है, आप हुक्म करो की करना चाहिए। उस्मान खान बड़ा ताकतवर है, सुने पर गुरु ग्रंथ साहिब जी तुहाडा की हुक्म है, खालसे नूं हुक्म दिओ। ते ज्ञानी ज्ञान सिंह पंत प्रकाश जी लिख दे, कहिंदे जदों खालसिया ने अरदास कीती ना कि तू गुरु ग्रंथ सच्ची है दे, सिख संगत को वाक सच दे। महाराज हुक्मनामा दिओ संगत, ते गुरु ग्रंथ साहिब महाराज बोले, चुप पतरे जब ग्रंथ को देखा, वसंत की बार को आयो लिखा। जदों गुरु ग्रंथ साहिब दा रुमाल चुक के दर्शन किते, ते गुरु ग्रंथ साहिब दा हुक्मनामा लिया, वसंत दी वार विचों हुक्मनामा। चुक पतरे जब ग्रंथ को देखा, वसंत की वार को आयो लिखा। गुरु ग्रंथ साहिब की बोले, वसंत की वार महल पंजवा, हर का नाम त्याए कै हो हरिया पाई, कर्म लिखन ते पाई है ए रुत सोहाई, वन दिन प्रभ संग मौलिया लत्थी सब शाई। इहदे विच ही फिर हुक्म आया, गुरु ग्रंथ साहिब बोले, पंजे पदे महाबली कर सच्चा ढोआ, अपने चरण जपाइन विच दई खड़ोआ, रोग सोग सब मिट गए नित नवान रो। खालसिया ने हुक्म सुनिया, सत श्री अकाल दे जकारे छड़े, जस्सा सिंह आलू वालिया घोड़े ते सवार होया, कहिंदा जेदा दिल करदा मेरे मगर आ जाओ, मैं उस्मान खान दे कोलों ब्राह्मण दी लड़की सुनाण चला। गुरु ग्रंथ साहिब दा हुक्म आ गया, ओ गुरु गोबिंद सिंह दे खालसिओ, तुसीं ते पंज महाबलियां नूं बन लैंदे हो, तुहाडे सामने उस्मान खान की है। इन्ना विश्वास अंदर रख्या, खालसे ने बोलिया हमला, ते साध संगत शिखर दुपहर कसूर ते हल्ला बोलिया। डेढ़ घंटे की जंग विच कसूर के हाकम उस खान खां नूं घोड़े पिछे बन्निया, खिच के काल तख्त साहिब ते लै आंदा। उस ब्राह्मण की बच्ची बा इज्जत लिया के उहदे हवाले कीती, ते जदों ओह काल तख्त साहिब पहुंचे ना, कई विचों सिखां पुछिया, जस्सा सिंह आलू वालिया, ओए तू सूरज डुबण तो पहला पहला ब्राह्मण की बच्ची छड़ा के लिया है, ये गल दस, तैनूं डर नहीं लगा वह 12 किलियां का मालक, तेनू डर नहीं लगा वो 7000 फौज है, वह तेरे को 150 तो वध सिख नहीं सी, तू 7000 हरा के जित लिया है, तेनू उतो डर नहीं आया। ते जस्सा सिंह आलू वालिया ने कहा, खालसा जी मैनू जदों गुरु ग्रंथ साहिब जी का हुक्मनामा आ गया, फिर मैनू नहीं पता वह 12 किलिया का मालक है, मैनू नहीं पता वो 7000 फौज है, मैनू तिको गल दिसदी सी, जस्सा सिंह आलू वालिया ओए तेनू गुरु ग्रंथ साहिब का हुक्म हो गया, हुण लखां भी फौजां हुण तेनू हरा नहीं सकदी। साध संगत इन्ना विश्वास सिख नूं होना चाहिए, पूरी दुनिया कवे कम नहीं हो सकता, गुरु का हुक्म ले लो हो सकता है, ता सिख विश्वास ते रवे। ए ना होवे अरदास कीती हुक्मनामा आया, फिर किसी ने कह तो उधर भी चले गए, मैनू माफ करो, कई बंदे तो बदल के हुक्मनामा लैन लग गए। जे वह साडे पसंद का नहीं था, नौवें पातशाह की बाणी जो भाई साहब जी होर हुक्मनामा सुना दे, हद हो गई गल वाली, तैनू गुरु ते भरोसा होना चाहिए। अरदास करके जाई सिखा, तू पंज महाबलियां नूं जितण वाला है। जस्सा सिंह आलू वालिया जदों सूरज डुब्बिया, ब्राह्मण की बच्ची उहदे हवाले कीती, वो अखां भर के रो पिया, ओनू हुण कंठ ते हथ रख के कहिंदे ने, आलू वालिया साहब, सरदार जस्सा सिंह आलू वालिया बोले, कहिंदे ब्राह्मण नूं बाबा हुण क्यों रोंदा है, वो कहिंदा हुण मैं किसे सोग विच नहीं, हुण शुकराने विच रोंदा है, ते ए गल अपने भगवान रब तो मंगना है, ऐ भगवान रब्बा मैं तेनू वेख्या नहीं, जे किते तू है तो इस धरती ते जदों भी राज होवे खालसे दा। साध संगत जदों ब्राह्मण तुरन लगा ना,
ਤੇ ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਬੱਚੀ ਨੂੰ ਤੇ ਲੈ ਚੱਲੇ ਪਰ ਸ਼ਾਇਦ ਇੱਕ ਗੱਲਾਂ ਮੈਨੂੰ ਸੁਣਨੀਆਂ ਪੈਣ ਕਿ ਬ੍ਰਾਹਮਣ ਦੀ ਲੜਕੀ ਦਾ ਡੋਲਾ ਖੋਹ ਕੇ ਲੈ ਗਿਆ ਸੀ ਉਸਮਾਨ ਖਾਨ, ਹੁਣ ਮੇਰੀ ਬੱਚੀ ਨੂੰ ਸ਼ਾਇਦ ਲੋਕ ਕੋਈ ਅਪਣਾਵੇ ਜਾਂ ਨਾ ਅਪਣਾਵੇ, ਇਹਦੀ ਸ਼ਾਦੀ ਹੋਵੇ ਜਾਂ ਨਾ ਹੋਵੇ, ਕਿਤੇ ਲੋਕ ਇਹਨੂੰ ਮਾੜਾ ਨਾ ਕਹਿਣ, ਇਹਨੂੰ ਕੋਈ ਜ਼ਬਾਨ ਨਾ ਅਪਸ਼ਬਦ ਨਾ ਕਹਿਣ। ਜੱਸਾ ਸਿੰਘ ਆਹਲੂਵਾਲੀਆ ਨੇ ਵਾਅਦਾ ਕੀਤਾ, ਆਪਣੇ ਦਮਾਲੇ ਦੀ ਇੱਕ ਕੰਨੀ ਪਾੜੀ, ਉਹ ਕੰਨੀ ਪਾੜ ਕੇ ਉਸ ਬੱਚੀ ਨੂੰ ਦਿੱਤੀ, ਕਹਿੰਦੇ ਲੈ ਬੇਟਾ ਮੇਰੇ ਹੱਥ ਤੇ ਬੰਨ, ਤੁਸੀਂ ਰੱਖੜੀ ਤੇ ਵਿਸ਼ਵਾਸ ਕਰਦੇ ਹੋ, ਖਾਲਸਾ ਕਿਸੇ ਹੋਰ ਚੀਜ਼ ਤੇ ਵਿਸ਼ਵਾਸ ਕਰਦਾ, ਜਾਂ ਅੱਜ ਤੋਂ ਬਾਅਦ ਯਾਦ ਰੱਖੀ ਤੂੰ ਖਾਲਸਾ ਪੰਥ ਦੀ ਧੀ ਹੋਈ, ਤੇਰੇ ਵੱਲ ਅੱਖ ਚੁੱਕਣੀ ਤਾਂ ਦੂਰ ਦੀ ਗੱਲ, ਕੋਈ ਉਂਗਲ ਵੀ ਕਰਕੇ ਵੇਖੇ ਤਾਂ ਉਹਦੀ ਸਿਰ ਧੜ ਉੱਤੇ ਰਹਿਣ ਨਹੀਂ ਦਿਆਂਗੇ, ਤੂੰ ਪੰਥ ਖਾਲਸੇ ਦੀ ਧੀ। ਸਾਧ ਸੰਗਤ, ਉਸ ਬੱਚੀ ਦਾ ਘਰ ਵਸਾਇਆ ਫਿਰ ਜੱਸਾ ਸਿੰਘ ਆਹਲੂਵਾਲੀਆ, ਦੁਬਾਰਾ ਉਸੇ ਪਰਿਵਾਰ ਦਾ ਉਸੇ ਪਿੰਡੋਂ ਬਰਾਤ ਸਿੱਧੀ, ਉਸੇ ਲੜਕੇ ਨਾਲ ਉਹਦੀ ਸ਼ਾਦੀ ਕਰਕੇ ਉਹਦਾ ਘਰ ਵਸਾਇਆ। ਕਹਿਣ ਤੋਂ ਭਾਵ ਸਿੱਖ ਨੂੰ ਇੰਨਾ ਵਿਸ਼ਵਾਸ ਹੋਣਾ ਚਾਹੀਦਾ, ਜਦੋਂ ਵਿਸ਼ਵਾਸ ਹੈ ਫਿਰ ਪ੍ਰੇਮ ਰਹੇਗਾ, ਜੇ ਪ੍ਰੇਮ ਹੈ ਰਿਸ਼ਤਾ ਧੁਰ ਤੱਕ ਨਿਭਦਾ ਹੈ। ਇਸ ਲਈ ਸਾਧ ਸੰਗਤ, ਇਹ ਆ ਗੁਰੂ ਦਾ ਦਰ, ਦਰ ਤੋਂ ਘਰ ਵਿੱਚ ਕਿਹਨੂੰ ਲਿਆਈਦਾ, ਜਿਹਦੇ ਉੱਤੇ ਵਿਸ਼ਵਾਸ ਹੋਵੇ, ਜਿਹਦੇ ਨਾਲ ਪ੍ਰੇਮ ਹੋਵੇ। ਇੱਥੇ ਰੋਜ਼ ਗੁਰਦੁਆਰੇ ਮੱਥਾ ਟੇਕਣ ਵਾਲਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ, ਤੇਰੇ ਅੰਦਰ ਗੁਰੂ ਦਾ ਪ੍ਰੇਮ ਪੈਦਾ ਹੋ ਜਾਏ। ਜਿੱਦਣ ਵਿਸ਼ਵਾਸ ਤੇ ਪ੍ਰੇਮ ਵਿੱਚ ਵੱਜ ਗਏ, ਫਿਰ ਚੇਤੇ ਰੱਖਿਓ ਗੁਰੂ ਦਾ ਇਹ ਰਿਸ਼ਤਾ ਦਰਗਾਹ ਤੱਕ ਨਿਭਣ।